ਅੱਜ ਦੇ ਵਿਸ਼ੇ ਵਿੱਚ ਆਪਾਂ ਗੱਲ ਕਰਾਂਗੇ ਤਤੀਮਾ ਕਟਣਾ ਕਿਸ ਗੱਲ ਨੂੰ ਕਿਹਾ ਜਾਂਦਾ ਹੈ ਸੋ ਦੋਸਤੋ ਤੁਸੀਂ ਹਮੇਸ਼ਾ ਹੀ ਜਿਹੜੀ ਮਾਲ ਮਹਿਕਮੇ ਦੇ ਵਿੱਚ ਸ਼ਬਦ ਦੀ ਵਰਤੋਂ ਸੁਣੀ ਹੋਣੀ ਹੈ ਤਤੀਮਾ ਕਟਣਾ ਸੋ ਇਸ ਵਿਸ਼ੇ ਦੇ ਉੱਪਰ ਆਪਾਂ ਅੱਜ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਤਤੀਮਾ ਕਟਣਾ ਕਿਸ ਗੱਲ ਨੂੰ ਕਿਹਾ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦੀ ਜ਼ਮੀਨ ਦੇ ਕਿਸੇ ਨੰਬਰ ਵਿੱਚੋਂ ਓਕੇ ਤੌਰ ਤੇ ਕੁਝ ਹਿੱਸਾ ਕੱਟ ਕੇ ਦੂਸਰੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਇੰਤਕਾਲ ਦੇ ਪਿਛਲੇ ਪਾਸੇ ਉਸ ਨੰਬਰ ਦਾ ਨਕਸ਼ਾ ਬਣਾ ਕੇ ਉਸ ਵਿੱਚੋਂ ਵੱਖ ਕੀਤੇ ਹਿੱਸੇ ਨੂੰ ਦਿਖਾਉਂ ਤੇ ਵੱਖ ਕੀਤੇ ਹਿੱਸੇ ਦਾ ਜਿਹੜਾ ਪਾਸਾ ਕੁੱਲ ਰਕਵਾ ਲੰਬਾਈ ਚੌੜਾਈ ਲੈ ਕੇ ਰਕਵਾੜ ਲਿਖਣ ਨੂੰ ਜਿਹੜਾ ਤੀਮਾ ਕਟਨਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਇਸ ਨੰਬਰ ਦੇ ਦੋ ਟੁਕੜੇ ਬਣਾ ਦਿੱਤੇ ਜਾਂਦੇ ਨੇ ਟੁਕੜਾ ਨੰਬਰ 1 ਤੇ ਟੁਕੜਾ ਨੰਬਰ 2 ਜਿਵੇਂ ਕਿ ਕਰਨੈਲ ਸਿੰਘ ਦੀ ਨੰਬਰ ਖਸਰਾ 8 ਮਸਤੀਲ ਦਾ ਜਿਹੜਾ 1280 ਯਾਨੀ ਕਿ 8 ਰੱਬੇ ਦਾ 12 ਨੰਬਰ ਜਿਹੜਾ 80 ਦਾ ਮਤਲਬ 8 ਕਨਾਲਾਂ ਵਿੱਚੋਂ 20 2 ਕਨਾਲਾਂ ਜਿਹੜਾ ਜ਼ਮੀਨ ਦਾ ਪੂਰਬੀ ਪਾਸਾ ਮੁਕੰਦ ਸਿੰਘ ਨੂੰ ਦਿੱਤਾ ਗਿਆ ਹੈ ਤਾਂ ਉਸ ਦਾ ਜਿਹੜਾ ਤੀਮਾ ਇਸ ਤਰ੍ਹਾਂ ਕੱਟਿਆ ਜਾਵੇਗਾ ਇੱਥੇ ਤੁਸੀਂ ਜਿਹੜਾ ਲੈਫਟ ਸਾਈਡ ਚਿੱਤਰ ਦੇਖ ਰਹੇ ਹੋ 8 ਮਰਬੇ ਦਾ 12 8 0 ਜਿਹੜਾ ਪਹਿਲਾ ਪੂਰਾ ਕਿਲਾ ਸੀ 8 ਕਨਾਲ 0 ਮਰਲੇ ਦਾ ਜਿਹਦੀਆਂ ਵਾਈਆਂ ਸੀ 40 40 ਕਰਮਾ ਤੇ 36 36 ਕਰਮਾ ਤਤੀਮਾ ਕੱਟਣ ਤੋਂ ਬਾਅਦ ਜਿਹੜਾ ਤੁਸੀਂ ਰਾਈਟ ਸਾਈਡ ਚਿੱਤਰ ਦੇਖ ਰਹੇ ਹੋ ਉਹਦੇ ਵਿੱਚ 8 ਮਰਬੇ ਦਾ 12 ਵਟਾ 1 6 ਕਨਾਲ ਦਾ ਅਲੱਗ ਕਿਲਾ ਉਹਨਾਂ ਦਾ ਤੇ 8 ਮਰਬੇ ਦਾ 12 ਵਟਾ 2 ਦੋ ਕਨਾਲਾਂ ਦਾ ਅਲੱਗ ਕਿਲਾ ਬਣਾਤਾ ਸੋ ਇਸੇ ਤਰ੍ਹਾਂ ਦੋ ਟੱਕ ਸ਼ੀਕ ਨਾਲ ਤੇ ਦੋ ਕਨਾਲਾਂ ਦੇ ਦੋ ਵੱਖਰੇ ਟੱਕ ਬਣ ਚੁੱਕੇ ਨੇ ਜਿੰਦਨ ਜਿਨ੍ਹਾਂ ਦੇ ਵਿੱਚੋਂ ਸ਼ੀਕ ਨਾਲ ਦੀ ਲੰਬਾਈ ਚੜਾਈ ਲਿਖ ਦਿੱਤੀ ਗਈ ਹੈ 30 30 ਕਰਮਾਂ ਤੇ ਦੂਜੇ ਪਾਸੇ 36 36 ਇਸੇ ਤਰ੍ਹਾਂ ਜਿਹੜੀ ਦੋ ਕਨਾਲਾਂ ਦੀ ਲੰਬਾਈ ਹੈ ਉਸ ਦੀ ਜਿਹੜੀ ਚੜਾਈ ਹੈ 10 10 ਕਰਮਾਂ ਤੇ ਜਿਹੜੀ ਲੰਬਾਈ ਉਹ 36 ਕਰਮਾਂ ਉਮੇਦੀ ਉਮੇ ਰੱਖੀ ਗਈ ਹੈ ਤੇ ਇਸ ਤਰ੍ਹਾਂ ਜਿਹੜਾ ਤਤੀਮਾ ਕੱਟਿਆ ਜਾਂਦਾ ਹੈਗਾ ਜਿਹੜਾ ਤੁਸੀਂ ਇਹਨਾਂ ਦੋਵਾਂ ਚਿੱਤਰਾਂ ਦੇ ਵਿੱਚ ਆ ਉਸ ਵਿੱਚ ਦੇਖ ਸਕਦੇ ਹਾਂ ਕਿ ਅੱਠ ਕਨਾਲਾਂ ਦੇ ਵਿੱਚੋਂ 6 ਕਨਾਲ ਤੇ 2 ਕਨਾਲ ਦੀ ਜਿਹੜੇ ਦੋ ਵੱਖਰੇ-ਵੱਖਰੇ ਟੱਕ ਬਣਾ ਕੇ ਉਹਨਾਂ ਦੀਆਂ ਵਾਹੀਆਂ ਲਿਖ ਦਿੱਤੀਆਂ ਗੀਆਂ ਤੇ ਜਿਹੜੇ ਨੰਬਰ ਖਸਰਾ 8 ਮਰਬੇ ਦਾ 12 80 ਸੀ ਉਸ ਦਾ 8 ਮਰਬੇ ਦਾ 12/1 ਅਤੇ 12/2 ਦੋ ਵੱਖਰੇ-ਵੱਖਰੇ ਨੰਬਰ ਖਸਰਾ ਬਣਾ ਦਿੱਤੇ ਗਏ ਨੇ ਕਿਸੇ ਨੰਬਰ ਨੂੰ ਕੱਟ ਕੇ ਉਸ ਦੇ ਬਣਾਏ ਗਏ ਵੱਖਰੇ-ਵੱਖਰੇ ਟੁਕੜਿਆਂ ਦੀ ਲੰਬਾਈ ਚੌੜਾਈ ਲਿਖਣ ਤੇ ਉਹਨਾਂ ਦਾ ਜਿਹੜਾ ਵੱਖਰਾ-ਵੱਖਰਾ ਰਕਬਾ ਲਿਖਣ ਨੂੰ ਜਿਹੜਾ ਤਦੀਮਾ ਫੀਲਡ ਬੁੱਕ ਕਿਹਾ ਜਾਂਦਾ ਹੈਗਾ ਜਿਸਦਾ ਚਿੱਤਰ ਮੈਂ ਤੁਹਾਨੂੰ ਅੱਗੇ ਬੁਖਾਰਿਆ ਹਾਂ ਸੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਲਮ ਨੰਬਰ ਸਭ ਤੋਂ ਪਹਿਲਾ ਜਿਹੜਾ ਹੈਗਾ ਉਹ ਨੰਬਰ ਖਸਰਾ ਦਾ ਜਿਸ ਦੇ ਵਿੱਚ ਦੋਵੇਂ ਨੰਬਰ ਖਸਰਾ ਲਿਖ ਦਿੱਤੇ ਗਏ ਨੇ 8 ਮਰਬੇ ਦਾ ਜਿਹੜਾ 12/1 ਤੇ 8 ਮਰਬੇ ਦਾ 12/2 ਹੈ ਉਸ ਤੋਂ ਬਾਅਦ ਪੂਰਬ ਪੱਛਮ ਦੱਖਣ ਤੇ ਉੱਤਰੀ ਪਾਸਾ ਲਿਖ ਦਿੱਤਾ ਗਿਆ ਜਿਨ੍ਹਾਂ ਦੀ ਲੰਬਾਈ ਚੜਾਈ ਲਿਖ ਦਿੱਤੀ ਗਈ ਹੈ ਤੇ ਲਾਸਟ ਦੇ ਵਿੱਚ ਜਿਹੜਾ ਰਕਬਾ ਲਿਖਿਆ ਹੋਇਆ ਹੈ ਪਹਿਲਾ 8 ਮਰਬੇ ਦਾ 12 ਵਟਾ 1 ਦਾ ਟੋਟਲ 6 ਕਨਾਲ ਤੇ ਦੂਜੇ ਨੰਬਰ ਤੇ ਰਿਹਾ 8 ਮਰਬੇ ਦਾ 12 ਵਟਾ 2 ਹੈ ਜਿਹੜਾ 2 ਕਨਾਲ ਰਕਬਾ ਲਿਖਿਆ ਗਿਆ ਹੈ ਜਿਹੜਾ ਲਾਸਟ ਕਾਲਮ ਉਸ ਦੇ ਵਿੱਚ ਦੋਨਾਂ ਟੁਕੜਿਆਂ ਦਾ ਜਿਹੜਾ ਦੋਵੇਂ ਟੁਕੜਿਆਂ ਦਾ ਜਿਹੜਾ ਜੋੜ ਲਿਖਿਆ ਗਿਆ ਉਹ 8 ਕਨਾਲ ਲਿਖ ਦਿੱਤਾ ਗਿਆ ਹੈ ਤੇ ਇਸੇ ਤਰ੍ਹਾਂ ਜਿਹੜਾ ਇਹ ਤਤੀਮਾ ਫੀਲਡ ਬੁੱਕ ਤਿਆਰ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਨੰਬਰ ਖਸਰਾ 8 ਮਰਬੇ ਦਾ 12 ਦੇ ਦੋ ਟੁਕੜੇ ਅਰਥਾਤ ਦੋ 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 ਨੰਬਰ ਬਣਾਤੇ ਗਏ ਨੇ ਤੇ ਟੁਕੜਾ ਨੰਬਰ 1 ਦਾ ਜਿਹੜਾ ਨੰਬਰ ਖਸਰਾ 8 ਮਰਬੇ ਦਾ 12/1 6 ਨਲ 0 6 0 ਅਤੇ ਟੁਕੜਾ ਨੰਬਰ 2 ਨੰਬਰ ਖਸਰਾ ਜਿਹੜਾ 8 ਮਰਬੇ ਦਾ 12/2 2 0 ਬਣਾ ਦਿੱਤਾ ਗਿਆ ਹੈ ਨੰਬਰ ਖਸਰਾ ਦੇ ਜਿਹੜਾ ਹੇਟਲਾ ਨੰਬਰ ਭਾਗ ਭਾਗ 1 ਤੇ ਭਾਗ 2 ਤਤੀਮਾ ਕੱਟਣ ਵੇਲੇ ਲਾਲ ਸ਼ਹੀ ਨਾਲ ਲਿਖੇ ਜਾਂਦੇ ਨੇ ਇਸੇ ਤਰ੍ਹਾਂ ਹੀ ਖੇਤ ਦੇ ਨਕਸ਼ੇ ਵਿੱਚ ਇਹਨਾਂ ਦੀ ਬੱਕਰੀ-ਬੱਕਰੀ ਲੰਬਾਈ ਚੜਾਈ ਦੀ ਜਿਹੜਾ ਕਰਮਾ ਵੀ ਲਾਲ ਸ਼ਹੀ ਨਾਲ ਲਿਖੀ ਜਾਂਦੀ ਹੈ ਤੇ ਦੋਨਾਂ ਟੁਕੜਿਆਂ ਨੂੰ ਵੱਖ ਕਰਨ ਵਾਲੀ ਲੈਂਡ ਨੂੰ ਨਕਸ਼ੇ ਵਿੱਚ ਲਾਲ ਸ਼ਹੀਦ ਦੇ ਨਾਲ ਦਿਖਾਇਆ ਜਾਂਦਾ ਹੈ ਇਸੇ ਗੱਲ ਨੂੰ ਹੀ ਜਿਹੜਾ ਤਤੀਮਾ ਘਟਨਾ ਕਿਹਾ ਜਾਂਦਾ ਹੈ ਫਿਲਹਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਪਹਿਲੀ ਵਾਰ ਚੈਨਲ ਤੇ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਤਰ੍ਹਾਂ ਦੀ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ